ਬੈਠੇ ਕਾ ਅਜਿੰਦਰ ਸਿੰਘ ਜੀ ਅਜਿੰਦਰ ਸਿੰਘ ਜੀ ਆਪਸ ਵਿੱਚ ਕੰਮ ਕਰ ਰਹੀਆਂ ਇਹ ਦੱਸੋ ਕਿਵੇਂ ਇੰਸਟਾਲ ਹੁੰਦਾ ਹੈ ਕਿਵੇਂ ਆਪਾਂ ਇਹਨੂੰ ਲਗਾਉਂਦੇ ਆ ਪਾਣੀ ਪਾ ਰਹੇ ਜਿੱਦਾਂ ਨਰਮ ਹੋ ਗਿਆ ਅੱਛਾ ਨਰਮ ਹੋ ਗਿਆ ਬਾਹਰ ਆਵਾ ਅੱਛਾ ਇਸ ਮਸ਼ੀਨ ਦਾ ਨਾਮ ਕਿਆ ਹੈ ਬਾਂਸ ਬੁੱਕੀ ਇਹ ਬਾਂਸ ਬੁੱਕੀ ਹੈ ਜੀ ਦੋਸਤੋ ਇਹ ਕਿਆ ਚੀਜ਼ ਹੈ ਇਹ ਤਰਪਾਈ ਤਰਪਾਈ ਇਹ ਕਿਆ ਚੀਜ਼ ਹੈ ਜਿਹੜੀ ਰੱਸਾ ਇਹ ਕਿੰਨੇ ਕਿੰਨੇ ਮੋਟਾ ਹਿੱਸਾ ਇਹ ਰੱਸਾ ਹੈਗਾ ਘੱਟੋ ਘੱਟ ਸਵਾ ਇੰਚੀ ਮੋਟਾ ਸਵਾ ਇੰਚੀ ਮੋਟਾ ਹਿੱਸਾ ਇਹ ਬੰਦੇ ਕੌਮ ਹੈ ਛੇ ਸੌ ਫੁੱਟ ਲੰਬਾ ਇਹ ਲੇਬਰ ਲੰਬਾ ਅੱਛਾ ਇਹ ਲੇਬਰ ਹੈ ਇਹ ਲੇਬਰ ਹੈ ਜੀ ਅੱਛਾ ਜੀ ਆ ਜਾਓ ਜੀ ਆ ਜਾਓ ਆ ਜਾਓ ਬਾਈ ਜੀ ਇਹ ਕਾਦੇ ਵਾਸਤੇ ਯੂਜ਼ ਹੁੰਦਾ ਇਹ ਫੜਨੇ ਵਾਸਤੇ ਸਲਾਈ ਰਹਿ ਤੇ ਉਸ ਕੋ ਫਕੜਨੇ ਵਾਸਤੇ ਅੱਛਾ ਇਹ ਉਹਦੇ ਵਾਸਤੇ ਆ ਅੱਛਾ ਜੀ ਇਹ ਪਾਈਪ ਹੈ ਇਹ ਪਾਸ ਹੈ ਇਹ ਪਾਈਪ ਚਲੋ ਜੀ ਤੁਸੀਂ ਮਤਲਬ ਕਿ ਖੱਡਾ ਖੋਦ ਲਿਆ ਠੀਕ ਹੈ ਹੁਣ ਇਹ ਦੱਸੋ ਜੀ ਆਪਾਂ ਸਭ ਤੋਂ ਖੱਡਾ ਖੋਦਣ ਤੋਂ ਬਾਅਦ ਕਿਆ ਕਰਾਂਗੇ ਸਭ ਤੋਂ ਖੱਡਾ ਖੋਦਣ ਦੇ ਬਾਅਦ ਇਸ ਦੇ ਅੰਦਰ ਪਲਾਸਟਿਕ ਦਾ ਮਾਲ ਪਾਵਾਂਗੇ ਅੱਛਾ ਦੇਖੋ ਦੋਸਤੋ ਜੀ ਉਸ ਤੋਂ ਬਾਅਦ ਪਲਾਸਟਿਕ ਦਾ ਮਾਲ ਪਾਇਆ ਜਾਏਗਾ 70 ਫੁੱਟ ਮਾਲ ਪਾਇਆ ਜਾਏਗਾ 70 ਫੁੱਟ ਮਾਲ ਪਾਇਆ ਜਾਏਗਾ ਉਸਦੇ ਬਾਅਦ ਉਸ ਦੇ ਅੰਦਰ ਮੋਟਰ ਪਾਈ ਜਾਏਗੀ ਮੋਟਰ ਪਾਈ ਜਾਏਗੀ ਪਾਈਪ ਹੈ ਉੱਪਰ ਰੱਖ ਦੇਂਗੇ ਠੀਕ ਹੈ ਐਸੇ ਹਮ 70-75 ਫੁੱਟ ਮੇ ਨੀਚੇ ਚਲੇ ਜਾਏਗਾ ਉਸਕੇ ਬਾਅਦ 70 ਫੁੱਟ ਜਾਂ 75 ਫੁੱਟ ਮੇ ਪਲਾਸਟਿਕ ਕਾ ਪਾਈਪ ਡਾਲੇਂਗੇ ਉਸਕੇ ਨੀਚੇ ਫਿਲਟਰ 6 ਫੁੱਟ ਕਾ ਫਿਲਟਰ ਹੋਗਾ ਭਈਆ 6 ਫੁੱਟ ਕਾ ਠੀਕ ਹੈ ਲਗੇ ਹੋ ਸ਼ਾਬਾਸ਼ ਸ਼ਾਬਾਸ਼ ਓਕੇ ਐਨ ਥੱਲੇ ਭੇਜਣਾ ਮਿੱਟੀ ਚੈੱਕ ਕਰੋ ਕੈਸੀ ਮਿੱਟੀ ਆਤੀ ਹੈ ਆ ਗਈ ਮਿੱਟੀ ਦੇਖੋ ਮਿੱਟੀ ਨਿਕਾਲ ਕੇ ਦਿਖਾਓ ਇਨਕੋ ਜੋ ਕੈਮਰਾ ਮੈਨ ਕੋ ਦਿਖਾਓ ਇਹ ਮਿੱਟੀ ਆ ਦੇਖੋ ਭਾਈ ਸਾਹਿਬ ਇਹ ਮਿੱਟੀ ਆ ਗਈ ਇਹ ਦੇਖੋ ਨਾਮ ਨੋਟ ਕਰੋ ਯੇ ਬਹੁਤ ਨੌਲੇਜ ਵਾਲਾ ਬੰਦਾ ਹੈ ਕਿਆ ਨਾਮ ਹੈ ਇਸਕਾ ਬਲਕਾਰ ਸਿੰਘ ਜੀ ਧਿਆਨ ਸੇ ਦੇਖ ਲੋ ਯੇ ਪਾਣੀ ਡਾਲ ਰਹੀ ਹੈ ਨਰਮ ਹੋ ਰਹੀ ਹੈ ਮਿੱਟੀ ਹੈ ਓਕੇ ਥੈਂਕ ਯੂ ਤਰੀਕਾ ਹੋਤਾ ਹੈ ਯੇ ਦੇਖੋ ਯੇ ਕਾਮ ਕਰ ਰਹਾ ਹੈ
75 फुट नीचे जाएंगे, 80 फुट नीचे जाएंगे, 80 फुट तो नहीं वहाँ, वो तो 70 फुट है, बाकी काट लेंगे, काट के बचेगा। भाई साहब ये 70 फुट आ गई है, 80 फुट आए हैं, 80 फुट ये किस लिए है? ये सबसे नीचे उठेगा, फिल्टर है, ये ऊपर वाली तार है ना, ये पाइपों को जोड़ने के लिए